नमस्कार खबरਾਂ ਦੇ ਯੂਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੇ ਰਣਜੀਤ ਕੌਰ ਪਹਿਲਾਂ ਪੇਸ਼ ਨਹੀਂ ਛੋਣੀਆਂ ਖਬਰਾਂ ਰਾਸ਼ਟਰੀ ਨਿਰਮਾਣ ਵਿੱਚ ਪਾਸਪਾ ਦੇ ਵਰਕਰਾਂ ਦੀ ਯੋਗਦਾਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਲਾਘਾ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਤਵਾਦ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਸਿਹਤ ਮੰਤਰੀ ਮਨਸੂਖ ਮਾਂਡਵਿਆ ਅਨੁਸਾਰ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਬੁਨਿਆਦੀ ਢਾਂਚਾ ਮਿਸ਼ਨ ਨਾਲ ਸਿਹਤ ਦੇਖਭਾਲ ਸੇਵਾਵਾਂ ਨੂੰ ਮਿਲੇਗਾ ਉਤਸ਼ਾਹ ਬਠਿੰਡਾ ਜ਼ਿਲ੍ਹੇ ਵਿੱਚ ਜਲ ਜੀਵਨ ਮਿਸ਼ਨ ਤਹਿਤ ਪੀਣ ਯੋਗ ਸਾਫ਼ ਪਾਣੀ ਮਿਲਣ ਨਾਲ ਲੋਕਾਂ ਨੇ ਲਿਆ ਸੁੱਖ ਦਾ ਸਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਨਿਰਮਾਣ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ ਆਪਣੇ ਟਵੀਟ ਸੁਨੇਹਾ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਵੱਖ-ਵੱਖ ਸੂਬਿਆਂ ਵਿੱਚ ਭਾਜਪਾ ਨੂੰ ਸੇਵਾ ਕਰਨ ਦਾ ਮੌਕਾ ਉਸ ਦੇ ਪਾਰਟੀ ਵਰਕਰਾਂ ਦੀ ਅਹਿਮ ਭੂਮਿਕਾ ਕਾਰਨ ਮਿਲਿਆ ਹੈ ਉਨਾ ਕਿਹਾ ਕਿ ਪਾਰਟੀ ਵਰਕਰਾਂ ਦੀਆਂ ਪੀੜ੍ਹੀਆਂ ਨੇ ਆਪਣਾ ਜੀਵਨ ਪਾਰਟੀ ਤੇ ਰਾਸ਼ਟਰ ਨਿਰਮਾਣ ਲਈ ਸਮਰਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਮੂ ਐਪ ਵਿੱਚ ਕਮਲਪੁਸ਼ਪ ਨਾਮ ਨਾਲ ਬਹੁਤ ਹੀ ਰੋਚਕ ਸ਼੍ਰੇਣੀ ਹੈ ਜਿਸ ਵਿੱਚ ਜਨ ਸੰਘ ਦੇ ਸਮੇਤੋਂ ਲੈ ਕੇ ਹੁਣ ਤੱਕ ਪ੍ਰੇਰਕ ਪਾਰਟੀ ਵਰਕਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਜਿਨ੍ਹਾਂ ਪਾਰਟੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਵਿੱਚ ਸਖਤ ਮਿਹਨਤ ਕੀਤੀ, ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਸ ਸ਼੍ਰੇਣੀ ਵਿੱਚ ਯੋਗਦਾਨ ਕਰਨ ਅਤੇ ਇਸ ਨੂੰ ਸਮਰਿੱਧ ਕਰਨ ਦਾ ਸੱਦਾ ਦਿੱਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ੋਰ ਦੇ ਕੇ ਆਖਿਆ ਕਿ ਸਰਕਾਰ ਦੀ ਨੀਤੀ ਅਤਵਾਦ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਾ ਕਰਨ ਦੀ ਹੈ ਕਿਉਂਕਿ ਇਹ ਮਨੁੱਖਤਾ ਦੇ ਖਿਲਾਫ ਹੈ ਜੰਮੂ ਕਸ਼ਮੀਰ ਦੇ ਪਲਵਾਮਾ ਵਿਖੇ CRPF ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਫੌਜ ਅਤੇ ਨੀਮ ਫੌਜੀਬਲ ਦੇਸ਼ ਦੀ ਸਰਹੱਦ ਦੀ ਹਰ ਕਦਮ ਤੇ ਰਖਿਆ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਵਿਕਾਸ ਦਾ ਇੱਕ ਨਵਾਂ ਯੁੱਗ ਸ਼ੁਰੂ ਹੋ ਗਿਆ ਹੈ ਜਿਸ ਦਾ ਅਸਰ ਸਾਫ਼ ਦਿਖਾਈ ਦੇ ਰਿਹਾ ਹੈ ਅਮਿਤ ਸ਼ਾਹ ਨੇ ਕਿਹਾ ਕਿ ਕਿਸੇ ਨੂੰ ਵੀ ਜੰਮੂ ਕਸ਼ਮੀਰ ਵਿੱਚ ਅਮਨ ਅਤੇ ਵਿਕਾਸ ਦੀ ਪ੍ਰਕਿਰਿਆ ਵਿੱਚ ਅੜੀਕਾ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ सभी जवानों के साथ बिताना चाहता हूं और आप लोगों के साथ आपके अनुभव आपकी कठिनाइया और आपके जज्बे को देखना भी चाहता हूँ कठिनाइयां और अनुभव को जानना चाहता हूँ इसमें मेरी दृष्टि से कम से कम मेरे लिए कार्यक्रम बहुत महत्वपूर्ण है कि सीमा की अंतिम इंच तक जो जवान देश की सुरक्षा में लगे हैं चाहे सेना के हो बीएसएफ के हो सीआरपीएफ के हो एसएसबी के हो उनके साथ रहने का मौका मेरे लिए भी बहुत महत्वपूर्ण कार्यक्रम है ਸੇਤ ਮੰਤਰੀ ਮਨਸੂਖ ਮਾਂਡਵਿਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਯੂਸ਼ਮਨ ਭਾਰਤ ਸੇਤ ਬੁਨਿਆਦੀ ਢਾਂਚਾ ਮਿਸ਼ਨ ਪੂਖ ਵਿੱਚ ਵਿਸ਼ਵ ਮਾ ਮਰੀ ਵਰਗੇ ਹਾਲਾਤ ਨਾਲ ਜਿੱਠਣ ਵਿੱਚ ਮਦਦ ਕਰੇਗਾ ਨਵੀਂ ਦਿੱਲੀ ਵਿੱਚ ਛੋਣਾ ਕਿਹਾ ਹੈ ਕਿ ਕੋਵਿਡ-19 ਨੇ ਦੇਸ਼ ਵਿੱਚ ਸੇਤ ਬੁਨਿਆਦੀ ਢਾਂਚੇ ਵਿੱਚ ਸੁਧਾਰ ਦਾ ਮੌਕਾ ਦਿੱਤਾ ਹੈ ਅਤੇ ਸਰਕਾਰ ਨੇ 64000 ਕਰੋੜ ਰੁਪਏ ਦੀ ਪੂੰਜੀਕਾਰੀ ਨਾਲ ਪ੍ਰਧਾਨ ਮੰਤਰੀ ਆਯੂਸ਼ਮਨ ਭਾਰਤ ਸੇਤ ਬੁਨਿਆਦੀ ਢਾਂਚਾ ਮਿਸ਼ਨ ਸ਼ੁਰੂ ਕੀਤਾ ਹੈ ਉਨ੍ਹਾਂ ਕਿਹਾ ਕਿ ਕੈਂਸਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦੇ ਇਲਾਜ ਅਤੇ ਮੁੱਢਲੇ ਪੱਧਰ ਤੇ ਰੋਕਥਾਮ ਲਈ ਸਰਕਾਰ ਨੇ 1.5 ਲੱਖ ਸੇਤ ਅਤੇ arogya ਕੇਂਦਰ ਸਥਾਪਿਤ

सोच पर मोदी जी ने काम किया मोदी जी ने कभी टोकन में नहीं सोचा टोटल में सोचा हेल्थ एंड वेलनेस सेंटर देश में एक लाख पचास हजार बनाने का निर्णय किया आज शायद सेवेंटी नाइन थाउजेंड से अब हेल्थ एंड वेलनेस सेंटर प्रारंभ हो चुका है उससे आगे डिस्ट्रिक्ट हेल्थ इंफ्रास्ट्रक्चर मजबूत हो नेशनल हेल्थ मिशन के तहत उसको सपोर्ट किया गया ਦੇਸ਼ ਭਰ ਵਿੱਚ ਅੱਜ ਤੋਂ ਵਿਜੀਲੈਂਸ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ ਇਸ ਦਾ ਮੰਤਵ ਪ੍ਰਸ਼ਚਾਰ ਦੇ ਖਾਤਮੇ ਲਈ ਆਮ ਲੋਕਾਂ ਵਿੱਚ ਜਾਗਰੂਕਤਾ ਲਿਆਉਣਾ ਹੈ ਇਸ ਲੜੀ ਵਿੱਚ 1 ਨਵੰਬਰ ਤੱਕ ਜਾਗਰੂਕਤਾ ਸੰਬੰਧੀ ਕਈ ਪ੍ਰੋਗਰਾਮ ਕਰਵਾਏ ਜਾਣਗੇ ਇਸ ਮੌਕੇ ਕੇਂਦਰ ਸਰਕਾਰ ਦੇ ਵੱਖ-ਵੱਖ ਮੈਕਿਆਂ ਵਿੱਚ ਸੌ ਚੁੱਕਦੇ ਆ ਸਟਾਫ ਵੱਲੋਂ ਜੀਵਨ ਦੇ ਸਾਰੇ ਖੇਤਰਾਂ ਵਿੱਚ ਇਮਾਨਦਾਰੀ ਅਤੇ ਕਾਨੂੰਨ ਦੇ ਨਿਯਮਾਂ ਦਾ ਪਾਲਣ ਕਰਨ ਦਾ ਅਹਿਦ ਲਿਆ ਗਿਆ ਇਸ ਵਾਰੀ ਜਾਗਰੂਕਤਾ ਦਾ ਥੀਮ ਹੈ ਸੁਤੰਤਰ ਭਾਰਤ 75 ਸੱਤੇ ਨਿਸ਼ਚਾ ਸੀ ਆਤਮ ਨਿਰਭਰਤਾ ਇਸ ਰਨ ਵਿਜੀਲੈਂਸ ਜਾਗਰੂਕਤਾ ਹਫਤੇ ਇਸ ਬੰਦੀਕ ਸੁਨੇਹੇ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖੁਸ਼ੀ ਜ਼ਾਹਰ ਕਰਦਿਆਂ ਕਿ ਹਾਂ ਕਿ ਭਾਰਤ ਕੋਲ ਕੌਮੀ ਅਖੰਡਤਾ ਤੇ ਨੈਤਿਕਤਾ ਦੀ ਲੰਬੀ ਤੇ ਬਹੁਤ ਪੁਰਾਣੀ ਰਵਾਇਤ ਹੈ ਉਪਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਆਸ ਪ੍ਰਗਟਾਈ ਕਿ ਸਾਰੇ ਨਾਗਰਿਕ ਅਤੇ ਹਿੱਤ ਤਾਰਕ ਭ੍ਰਿਸ਼ਟਾਚਾਰ ਖਿਲਾਫ ਲੜਾਈ ਵਿੱਚ ਨਾਲ ਮਿਲ ਕੇ ਕੰਮ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਫਤੇ ਦੇ ਆਯੋਜਨ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਿਛਲੇ 7 ਵਰਿਆਂ ਵਿੱਚ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਾ ਕਰਨ ਦੀ ਨੀਤੀ ਅਪਣਾਈ ਹੈ ਉਨਾ ਕਹਿਾ ਕਿ ਸਾਰੇ ਨਾਗਰਿਕਾਂ ਨੂੰ ਪ੍ਰੇਸ਼ਤਾਚਾਰ ਖਤਮ ਕਰਨ ਲਈ ਖੁਦ ਨੂੰ ਫਿਰ ਤੋਂ ਸਮਰਪਿਤ ਕਰਨਾ ਚਾਹੀਦਾ ਹੈ। आजादी का अमृत महोत्सव ਨੂੰ ਸਮਰਪਿਤ आजादी का सफर तहत ਅਸੀਂ ਭਾਰਤ ਦੀ आजादी ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ आजादी ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਮਹਾਰਾਜਾ ਹਰੀ ਸਿੰਘ ਅਤੇ ਗਣੇਸ਼ ਸ਼ੰਕਰ ਵਿਦਿਆਰਥੀ ਬਾਰੇ ਦੱਸਾਂਗੇ ਪੇਸ਼ ਹੈ ਇੱਕ ਰਿਪੋਰਟ ਅਕਤੂਬਰ ਦੇ ਹੀ ਦਿਨ 1947 ਵਿੱਚ ਮਹਾਰਾਜਾ ਹਰੀ ਸਿੰਘ ਨੇ ਕਸ਼ਮੀਰ ਨੂੰ ਭਾਰਤ ਵਿੱਚ ਰਲੌਣ ਲਈ ਰਲੇਮੀ ਪੱਤਰ ਤੇ ਦਸਤਖਤ ਕੀਤੇ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਭਾਰਤੀ ਸੰਘ ਵਿੱਚ ਸ਼ਾਮਿਲ ਹੋਇਆ ਸੀ ਭਾਰਤ ਦੇ ਅੰਤਿਮ ਗਵਰਨਰ ਜਨਰਲ ਲਾਰਡ ਮਾਉਂਟ ਬੈਟਨ ਨੇ 26 ਅਕਤੂਬਰ ਨੂੰ ਇਸ ਦੀ ਮਨਜ਼ੂਰੀ ਦਿੱਤੀ ਸੀ ਤੇ ਉਸੇ ਦਿਨ ਤੜਕੇ ਭਾਰਤੀ ਫੌਜ ਦੀ ਪਹਿਲੀ ਸਿੱਖ ਬਟਾਲੀਅਨ ਹਵਾਈ ਜਹਾਜ਼ ਦੁਆਰਾ ਸ਼੍ਰੀਨਗਰ ਪੌਂਚੀ ਜਿੱਥੇ ਉਸਨੇ ਪਾਕਿਸਤਾਨ ਸਮਰਥਕ ਕਬਾਈਲੀ ਹਮਲੇ ਦਾ ਮੁਕਾਬਲਾ ਕੀਤਾ जम्मू ਕਸ਼ਮੀਰ ਦੀ रियासत ਅੰਮ੍ਰਿਤਸਰ ਦੇ ਸਮਝੌਤੇ ਤਹਿਤ 1846 ਵਿੱਚ ਬ੍ਰਿਟਿਸ਼ ਸ਼ਾਸਨ ਵਿੱਚ ਸ਼ਾਮਿਲ ਕੀਤੀ ਗਈ ਸੀ ਇਹ ਸਮਝੌਤਾ ਈਸਟ ਇੰਡੀਆ ਕੰਪਨੀ ਅਤੇ ਮਹਾਰਾਜਾ ਗੁਲਾਬ ਸਿੰਘ ਵਿਚਾਲੇ ਹੋਇਆ ਸੀ ਕਬਾਈਲੀਆਂ ਨੇ ਮਹਾਰਾਜਾ ਦੀ ਫੌਜ ਦੇ ਮਾਮੂਲੀ ਵਿਰੋਧ ਤੋਂ ਬਾਅਦ ਉੜੀ ਅਤੇ ਬਾਰਾਮੁੱਲਾ ਤੇ ਕਬਜ਼ਾ ਕਰ ਲਿਆ ਤੇ ਇੰਜ ਲੱਗ ਰਿਹਾ ਸੀ ਕਿ ਜਲਦੀ ਹੀ ਸ਼੍ਰੀਨਗਰ ਤੇ ਵੀ ਕਬਾਈਲੀਆਂ ਦਾ ਕਬਜ਼ਾ ਹੋ ਜਾਵੇਗਾ 24 ਅਕਤੂਬਰ ਨੂੰ ਮਹਾਰਾਜਾ ਹਰੀ ਸਿੰਘ ਨੇ ਹਮਲਾਵਰਾਂ ਨੂੰ ਰੋਕਣ ਲਈ ਭਾਰਤ ਤੋਂ ਫੌਜੀ ਸਹਾਇਤਾ ਮੰਗੀ ਲਾਰਡ ਮਾਉਂਟ ਬੈਟਨ ਦੀ ਪ੍ਰਦਾਨਗੀ ਹੇਠ ਭਾਰਤੀ ਰੱਖਿਆ ਕਮੇਟੀ ਨੇ 25 ਅਕਤੂਬਰ 1947 ਨੂੰ ਮਹਾਰਾਜਾ ਦੀ ਇਸ ਅਪੀਲ ਤੇ ਵਿਚਾਰ ਕੀਤਾ ਕਮੇਟੀ ਚ ਪੰਡਿਤ ਜਵਾਹਰ ਲਾਲ ਨਹਿਰੂ ਸਰਦਾਰ ਵੱਲਭਾਈ ਪਟੇਲ ਬਲਦੇਵ ਸਿੰਘ ਗੋਪਾਲ சாਮੀ ਆਯੰਗਰ ਅਤੇ ਫੌਜ ਹਵਾਈ ਸੈਨਾ ਅਤੇ ਜਲ ਸੈਨਾ ਦੇ ਬ੍ਰਿਟਿਸ਼ ਕਮਾਂਡਰ ਇਨ ਚੀਫ ਸ਼ਾਮਿਲ ਸਨ ਕਮੇਟੀ ਦਾ ਨਿਚੋੜ ਸੀ ਕਿ ਕਸ਼ਮੀਰ ਸਰਕਾਰ ਦੀ ਪਹਿਲੀ ਅਪੀਲ ਅਨੁਸਾਰ ਹਥਿਆਰ ਗੁਲਾ ਬਾਰੂਦ ਪੇਜਣਾ ਤੁਰੰਤ ਜ਼ਰੂਰੀ ਸੀ ਤਾਂਕਿ ਸ਼੍ਰੀਨਗਰ ਵਿੱਚ ਸਥਾਨਕ ਲੋਕ ਹਮਲਾਵਰਾਂ ਤੋਂ ਬਚਣ ਲਈ ਸਮਰੱਥ ਹੋ ਸਕਣ ਰੱਖਿਆ ਕਮੇਟੀ ਨੇ ਉਸ ਵੇਲੇ ਦੇ ਗ੍ਰੈਸਕਟਰ ਵੀਪੀ ਮੈਨਨ ਨੂੰ ਉਸੇ ਦਿਨ ਮੌਕੇ ਤੇ ਸਮੀਖਿਆ ਲਈ ਭੇਜਿਆ ਉਹ ਅਗਲੇ ਦਿਨ ਨਵੀਂ ਦਿੱਲੀ ਵਾਪਸ ਆਏ ਉਹਨਾਂ ਨੇ ਸੁਝਾਅ ਦਿੱਤਾ ਕਿ ਹਮਲਾਵਰਾਂ ਤੋਂ ਕਸ਼ਮੀਰ ਨੂੰ ਬਚਾਉਣ ਲਈ ਫੌਜ ਨੂੰ ਕਸ਼ਮੀਰ ਭੇਜਣਾ ਪਹਿਲੀ ਜ਼ਰੂਰਤ ਹੈ ਅੱਜ ਮਹਾਨ ਸੁਤੰਤਰਤਾ ਸੈਨਾਨੀ ਅਤੇ ਪ੍ਰਸਿੱਧ ਪੱਤਰਕਾਰ ਗਣੇਸ਼ ਸ਼ੰਕਰ ਵਿਦਿਆਰਥੀ ਦੀ ਜਨਮ ਦਿਵਸ ਹੈ। ਉਨ੍ਹਾਂ ਦਾ ਜਨਮ 26 ਅਕਤੂਬਰ 1890 ਨੂੰ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾ ਜ਼ਿਲ੍ਹੇ ਦੇ ਅਤਰਸੂਈਆ ਪਿੰਡ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਅਧਿਆਪਕ ਸਨ ਵਿਦਿਆਰਥੀ ਨੂੰ ਸਕੂਲੀ ਸਿੱਖਿਆ ਪੂਰੀ ਕਰਨ ਬਾਅਦ ਕਾਇਨਸਥ ਪਾਟਸ਼ਾਲਾ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਪਰੰਤੂ ਰੋਜ਼ੀ-ਰੋਟੀ ਕਮਾਉਣ ਚ ਪਰਿਵਾਰ ਦੀ ਸਹਾਇਤਾ ਕਰਨ ਲਈ ਪੜ੍ਹਾਈ ਪੂਰੀ ਨਹੀਂ ਕਰ ਸਕੇ ਉਨ੍ਹਾਂ ਨੇ ਕਲਰਕ ਦੀ ਨੌਕਰੀ ਕਰ ਲਈ ਪਰੰਤੂ ਉਨ੍ਹਾਂ ਦਾ ਜਨੂਨ ਪੱਤਰਕਾਰਤਾ ਸੀ ਬਾਅਦ ਵਿੱਚ ਉਹ ਕਰਮਯੋਗੀ ਚ ਲਿਖਣ ਲੱਗ ਪਏ ਜਿਸ ਨੂੰ ਕ੍ਰਾਂਤੀਕਾਰੀ ਗਦਰ ਅੰਦੋਲਨ ਦੇ ਨੇਤਾ ਪੰਡਿਤ ਸੁੰਦਰ ਲਾਲ ਕੱਢਰੇ ਸੀ 23 ਸਾਲ ਦੀ ਉਮਰ ਚ ਵਿਦਿਆਰਥੀ ਨੇ ਪ੍ਰਕਾਸ਼ਨ ਛੱਡ ਦਿੱਤਾ ਤੇ ਕਾਨਪੂਰ ਚਲੇ ਗਏ ਉੱਥੇ ਉਨ੍ਹਾਂ ਨੇ 1920 ਚ ਨਾ ਹਫਤਾਵਰੀ ਪੇਪਰ ਪ੍ਰਤਾਪ ਸ਼ੁਰੂ ਕਰ ਦਿੱਤਾ ਉਸੇ ਸਾਲ ਉਹਨਾਂ ਨੂੰ ਰਾਇਬਰੀਲੀ ਚ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਕਾਰਨ 2 ਸਾਲ ਦੀ ਕੈਦ ਦੀ ਸਜ਼ਾ ਹੋਈ ਉਹਨਾਂ ਨੂੰ 1922 ਵਿੱਚ ਰਿਹਾ ਕੀਤਾ ਗਿਆ ਪਰੰਤੂ ਫਤੇਗੜ ਚ ਦੇਸ਼ದ್ರੋਹੀ ਪਾਚਨ ਦੇਣ ਦੇ ਦੋਸ਼ ਵਿੱਚ ਜੇਲ੍ਹ ਪੇਚ ਦਿੱਤਾ ਗਿਆ ਉਹਨਾਂ ਨੇ ਨਾ ਕੇਵਲ ਆਜ਼ਾਦੀ ਸੰਘਰਸ਼ ਦੇ ਬਾਰੇ ਖੂਬ ਲਿਖਿਆ ਬਲਕਿ ਸਮਾਜ ਵਿੱਚ ਬਰਾਬਰੀ ਦੇ ਬਾਰੇ ਵੀ ਲੇਖ ਲਿਖੇ ਆਪਣੇ ਤੇਵਰ ਦੇ ਚਲਦਿਆਂ ਪ੍ਰਤਾਪ ਜਲਦੀ ਹੀ ਆਜ਼ਾਦੀ ਅੰਦੋਲਨ ਦਾ ਪ੍ਰਮੁੱਖ ਮੰਚ ਬਣ ਗਿਆ ਵਿਦਿਆਰਥੀ ਨੇ ਜਨਤਾ ਚ ਰਚਨਾਤਮਕ ਸੋਚ ਉੱਚ ਵਿਕਸਿਤ ਕਰਨ ਲਈ ਵੀ ਪੱਤਰਕਾਰਤਾ ਦੀ ਬਾਕੂਬੀ ਵਰਤੋਂ ਕੀਤੀ ਉਹ ਪਾਈਚਾਰੇ ਦੇ ਜ਼ਬਰਦਸਤ ਸਮਰਥਕ ਸਨ ਗਣੇਸ਼ ਸ਼ੰਕਰ ਵਿਦਿਆਰਥੀ ਨੇ ਹਿੰਦੂਸਤਾਨ ਦੀ ਬਰਾਬਰੀ ਨਾਂ ਦੀ ਸੰਸਥਾ ਬਣਾਉਣ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਇਹ ਸੰਸਥਾ ਨੇ ਸਮប្រਦਾਇਕ ਪਾਈਚਾਰੇ ਨੂੰ ਬੜਾਵਾ ਦੇਣ ਲਈ तमाम ਤਿਉਹਾਰਾਂ ਤੇ ਸੰਯੁਕਤ ਸਮਾਗਮ ਆਯੋਜਿਤ ਕੀਤੇ ਗਣੇਸ਼ ਸ਼ੰਕਰ ਵਿਦਿਆਰਥੀ ਕਾਂਗਰਸ ਦੇ ਪ੍ਰਤਨਿਤ ਤੇ ਗਾਂਧੀ ਜੀ ਦੇ ਸੱਚੇ ਪਖਦ ਸਨ ਉਹ ਨਾਮਿਲਵਰਤਨ ਅੰਦੋਲਨ ਦੌਰਾਨ ਪ੍ਰਭਾਵਸ਼ਾਲੀ ਨੇਤਾ ਦੇ ਰੂਪ ਚ ਉਭਰੇ ਵਿਦਿਆਰਥੀ ਜੀ ਨੇ 1917 18 ਹੋਮ ਰੂਲ ਲੀਗ ਅੰਦੋਲਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਤੇ ਕਾਨਪੂਰ ਦੀਆਂ ਕਪੜਾ ਮਿਲਾਂ ਦੇ ਕਾਰੀਗਰਾਂ ਦੀ ਪਹਿਲੀ ਹੜਤਾਲ ਦੀ ਅਗਵਾਈ ਕੀਤੀ ਉਹਨਾਂ ਨੇ ਖੁੱਲੇ ਦਿਲ ਨਾਲ ਭਾਰਤੀ ਕ੍ਰਾਂਤੀਕਾਰੀਆਂ ਦਾ ਸਮਰਥਨ ਕੀਤਾ ਵਿਦਿਆਰਥੀ ਪਗਤ ਸਿੰਘ ਸਮੇਤ ਕਈ ਕ੍ਰਾਂਤੀਕਾਰੀਆਂ ਦੇ ਬੇਹਦ ਕਰੀਬੀ ਸਨ ਉਨ੍ਹਾਂ ਨੇ ਕ੍ਰਾਂਤੀਕਾਰੀਆਂ ਦੇ ਲੇਖ ਲਿਖੇ ਤੇ ਪਰਚੇ ਪ੍ਰਕਾਸ਼ਿਤ ਕੀਤੇ ਵਿਦਿਆਰਥੀ ਜੀ ਨੇ ਕ੍ਰਾਂਤੀਕਾਰੀਆਂ ਦੀ ਆਰਥਿਕ ਮਦਦ ਵੀ ਕੀਤੀ ਤੇ ਪੁਲਿਸ ਤੋਂ ਬਚਨ ਵਿੱਚ ਸਹਾਇਤਾ ਕੀਤੀ ਕਾਕੋਰੀ ਟ੍ਰੇਨ ਡਕੈਤੀ ਕਾਂਡ ਤੋਂ ਬਾਅਦ ਫਰਵਰੀ ਦੇ ਦਿਨਾਂ 'ਚ ਵਿਦਿਆਰਥੀ ਜੀ ਨੇ ਸ਼ਫਾਉੱਲਾ ਖਾਨ ਨੂੰ ਵੀ ਆਰਥਿਕ ਮਦਦ ਦਿੱਤੀ ਸੀ ਵਿਦਿਆਰਥੀ ਨੇ ਹੀ ਪ੍ਰਸਿੱਧ ਕ੍ਰਾਂਤੀਕਾਰੀ ਰਾਮ ਪ੍ਰਸਾਦ ਬਿਸਮਿਲ ਦੀ ਆਤਮਕਥਾ ਪ੍ਰਕਾਸ਼ਿਤ ਕੀਤੀ ਸੀ ਭਗਤ ਸਿੰਘ ਨੇ ਵੀ ਪ੍ਰਤਾਪ ਵਿੱਚ ਕੰਮ ਕੀਤਾ ਸੀ ਉੱਥੇ ਉਹ ਬਲਵੰਤ ਸਿੰਘ ਦੇ ਨਾਂ ਹੇਠ ਲਿਖਦੇ ਸਨ ਭਗਤ ਸਿੰਘ ਅਤੇ ਬਟੂਕੇਸ਼ਵਰ ਦਤ ਨਾਲ ਵਿਦਿਆਰਥੀ ਜੀ ਦੀ ਮੁਲਾਕਾਤ ਜੇਲ੍ਹ ਵਿੱਚ ਹੋਈ ਸੀ ਉਹਨਾਂ ਨੇ ਲਾਹੌਰ ਸਾਜ਼ਿਸ਼ ਕੇਸ ਦੇ ਕੈਦੀਆਂ ਦੀ 63 ਦਿਨ ਦੀ ਇਤਿਹਾਸਕ ਭੁੱਖ ਹੜਤਾਲ ਦੀ ਖਬਰ ਨੂੰ ਵਿਆਪਕ ਤੌਰ ਤੇ ਪ੍ਰਕਾਸ਼ਿਤ ਕੀਤਾ ਸੀ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੀ ਫਾਂਸੀ ਦੇ ਤੁਰੰਤ ਬਾਅਦ ਕਾਨਪੁਰ 'ਚ ਦੰਗੇ ਹੋ ਗਏ ਸਨ ਕਾਨਪੁਰ ਦੇ ਸ਼ੇਰ ਦੇ ਰੂਪ 'ਚ ਮਸ਼ਹੂਰ ਵਿਦਿਆਰਥੀ ਨੇ ਦੰਗੇ ਰੋਕਣ ਅਤੇ ਸ਼ਾਂਤੀ ਕਾਇਮ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਬਦਕਿਸਮਤੀ ਨਾਲ ਤਿੰਨਾ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੇ 3 ਦਿਨ ਬਾਅਦ 25 ਮਾਰਚ 1931 ਨੂੰ ਦੰਗਿਆਂ 'ਚ ਵਿਦਿਆਰਥੀ ਦੀ ਵੀ ਹੱਤਿਆ ਕਰ ਦਿੱਤੀ ਗਈ ਵਿਦਿਆਰਥੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਸੀ ਇਨ ਪਰਸਪੈਕਟਿਵਸ ਆਫ ਹਿਸ ਡ੍ਰੀਮ ਆਫ ਅ ਸਟਰੋਂਗ ਐਂਡ ਯੂਨਾਈਟਿਡ ਇੰਡੀਆ ਹੀ ਸੈਕਰੀਫਾਈਜ਼ਡ ਹਿਸ ਲਾਈਫ ਫਾਰ ਪੀਸ ਐਂਡ ਨਾਨ ਵਾਇਲੈਂਸ ਲਾਈਕ ਅ ਟ੍ਰੂ ਡਿਸਾਈਪਲ ਆਫ ਮਹਾਤਮਾ ਗਾਂਧੀ ਕੇਵਲ 40 ਸਾਲ ਦੀ ਉਮਰ ਵਿੱਚ ਵਿਦਿਆਰਥੀ ਦੀ ਮੌਤ ਤੇ ਦੁੱਖ ਪ੍ਰਗਟ ਕਰਦੇ ਹੋਏ ਮਹਾਤਮਾ ਗਾਂਧੀ ਨੇ ਯੰਗ ਇੰਡੀਆ ਚ ਲਿਖਿਆ ਸੀ ਕਿ ਉਸ ਦੀ ਮੌਤ ਨਾਲ ਸਭ ਨੂੰ ਈਰਖਾ ਹੋਵੇਗੀ ਉਸ ਦਾ ਖੂਨ ਅਜੇ ਆ ਸੀਮੰਟ ਹੈ ਜੋ ਅਖੀਰ ਦੋਨਾਂ ਸੰਪਰਦਾਵਾਂ ਨੂੰ ਇਕਜੁੱਟ ਕਰੇਗਾ ਮੰਨੇ ਪਰਮੰਨੇਸ ਪੱਤਰਕਾਰ ਦੀ ਯਾਦ ਵਿੱਚ ਪਾਰ ਸਰਕਾਰ ਨੇ ਹਿੰਦੀ ਪੱਤਰਕਾਰਤਾ ਦੇ ਖੇਤਰ ਵਿੱਚ ਅਸਧਾਰਨ ਯੋਗਦਾਨ ਨੂੰ ਸਨਮਾਨਿਤ ਕਰਨ ਲਈ 1899 ਨੂੰ ਗਣੇਸ਼ ਸ਼ੰਕਰ ਵਿਦਿਆਰਥੀ ਪੁਰਸਕਾਰ ਦੀ ਸ਼ੁਰੂਆਤ ਕੀਤੀ ਪਰ ਦੇ ਰਾਸ਼ਟਰਪਤੀ ਹਰ ਸਾਲ ਇਹ ਪੁਰਸਕਾਰ ਪ੍ਰਦਾਨ ਕਰਦੇ ਨੇ देशव्यापी कोविड टीकाकरण मुहिम तहत हूं तक एक सौ दो करोड़ छियानवे लाख तो टीके लगाए जा चुके हैं पिछले चौबीस घंटे दौरान बारह हजार चार सौ अठाई नवे कोरोना मामले दर्ज किए गए ने। हुन एक लख तिरेंट हजार अठ सौ सोलह एक्टिव कोरोना मामले रह गए ने। जो पिछले दो सौ इकताली दिन सब तो घट्ट कोविड उन्नीस तो सेहतियाब होने की दर अठानवे सुरारी एक नौ फीसद हो गई है हफ्तावारी सकारात्मकता दर पिछले बत्ती दिन तो दो फीसद हेठा चल रही है केंद्र ने सूबिया केंद्र शासित प्रदेशों सौ सत्त करोड़ बी लाख ਕੋਵਿਡ ਰੋਕੂ ਟੀਕੇ ਮੁਫਤ ਉਪਲਬਧ ਕਰਵਾਏ ਨੇ ਅਤੇ ਸੂਬਿਆਂ ਕੋਲ ਹਾਲੇ ਵੀ 12 ਕਰੋੜ 37 ਲੱਖ ਤੋਂ ਵੱਧ ਟੀਕੇ ਉਪਲਬਧ ਨੇ। ਜਲ ਜੀਵਨ ਮਿਸ਼ਨ ਭਾਰਤ ਸਰਕਾਰ ਦੀ ਇੱਕ ਅਹਿਮ ਯੋਜਨਾ ਹੈ। ਯੋਜਨਾ ਤਹਿਤ ਪੰਜਾਬ ਵਿੱਚ ਵੀ ਕਈ ਪ੍ਰੋਜੈਕਟ ਚੱਲ ਰਹੇ ਨੇ, ਬਟਿੰਡਾ ਜ਼ਿਲ੍ਹੇ ਵਿੱਚ ਇਸ ਮਿਸ਼ਨ ਨਾਲ ਲੋਕਾਂ ਨੂੰ ਫਾਇਦਾ ਹੋਇਆ ਹੈ। ਇੱਥੇ ਦੇ ਪਿੰਡਾਂ ਵਿੱਚ ਜਲ ਜੀਵਨ ਮਿਸ਼ਨ ਤਹਿਤ ਪੀਣ ਯੋਗ ਸਾਫ਼ ਪਾਣੀ ਮਿਲਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਕਿਉਂਕਿ ਜੋ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਸਨੀਕ ਗੰਧਲੇ ਪਾਣੀ ਕਾਰਨ ਪੈਦਾ ਕਈ ਖਤਰਨਾਕ ਬਿਮਾਰੀਆਂ ਦੇ ਸ਼ਿਕਾਰ ਬਣਦੇ ਰਹੇ ਸਨ ਪਿੰਡ ਮਹਿਮਾ ਭਗਵਾਨਾ ਦੀ ਵਸਨੀਕ ਜਸਵੀਰ ਕੌਰ ਮੁਤਾਬਕ ਘੜਿਆਂ ਵਿੱਚ ਪਾਣੀ ਪਰ ਕੇ ਲਿਆਉਣ ਦਾ ਸਮਾਂ ਹੁਣ ਬੀਤੇ ਜਮਾਨੇ ਦੀ ਗੱਲ ਹੋ ਗਈ ਹੈ ਕਿ ਸਾਡੇ ਵਿਆਹ ਹੋਏ ਨੇ ਤੇ ਸਾਡਾ ਇੱਥੇ ਵੀ ਡੇਰਾ ਇੱਕ ਉੱਥੇ ਨਾਲ ਕਾ ਲੱਗਿਆ ਹੋਇਆ ਸੀ ਅਸੀਂ ਉੱਥੋਂ ਕਈ ਕਿ ਤੋੜੇ ਪਾਣੀ ਦੇ ਭਰ ਕੇ ਲਿਆਉਂਦੇ ਸਾਨੂੰ ਬਾਵਾ ਕਾਫੀ ਦੂਰ ਪੈਂਦਾ ਸੀ ਤੇ ਸਾਡਾ ਸਾਰਾ ਕੰਮ ਰਹਿ ਜਾਂਦਾ ਸੀ ਤੇ ਹੁਣ ਅਸੀਂ ਧੰਨਵਾਦ ਕਰਦੇ ਆਂ ਵੀ ਇਹ ਜਲ ਸਪਲਾਈ ਜਿਹੜੀ ਕਮੇਟੀ ਐ ਤੇ ਸਰਕਾਰਾਂ ਦਾ ਤੇ ਹੁਣ ਸਾਡੇ ਘਰ-ਘਰ ਪਾਣੀ ਪਹੁੰਚ ਰਿਹਾ ਸਾਡੀ ਜ਼ਿੰਦਗੀ ਸਖਾਲੀ ਹੋ ਗਈ ਪਿੰਡ ਦੀ ਇੱਕ ਹੋਰ ਵਸਨੀਕ ਕੁਲਵਿੰਦਰ ਕੌਰ ਮੁਤਾਬਕ ਜਲ ਜੀਵਨ ਮਿਸ਼ਨ ਨਾਲ ਲੋਕ ਕੈਂਸਰ ਤੋਂ ਬਚੇ ਨੇ ਤੇ ਉਹਨਾਂ ਦੇ ਜੀਵਨ ਵਿੱਚ ਸੁਧਾਰ ਆਇਆ ਏ ਮੈਂ ਅਕਸਰ ਦੇਖਦੀ ਹੁੰਦੀ ਸੀ ਲੇਡੀਜ਼ ਨੂੰ ਵਾਹ ਇਹਨਾਂ ਦਾ ਜਿਹੜਾ ਸਮਾਂ ਸੀ ਬਹੁਤ ਵੇਸਟ ਹੋ ਜਾਂਦਾ ਸੀ 25 25 30 30 ਘੜੇ ਇਹ ਪਾਣੀ ਦੇ ਭਰਦੀਆਂ ਹੁੰਦੀਆਂ ਸੀ ਤੇ ਬੱਚਿਆਂ ਦੀ ਪੜ੍ਹਾਈ ਵੀ ਰਹਿ ਜਾਂਦੀ ਸੀ ਤੇ ਅਕਸਰ ਮੈਂ ਦੇਖਦੀ ਸੀ ਲੋਕ ਪਾਣੀ ਦੇ ਕਰਕੇ ਲੜਕੀਆਂ ਨੂੰ ਪੜ੍ਹਨੋਂ ਹਟਾ ਲੈਂਦੇ ਸੀ ਪਰ ਅਸੀਂ ਧੰਵਤੀਆਂ ਵੀ ਜਲਜੀਵਨ ਦੇ ਮਿਸ਼ਨ ਜਿਹੜਾ ਇਹ ਸਾਡਾ ਪਿੰਡ ਵਾਟਰ ਬਕਸ ਬਣਿਆ ਤੇ ਘਰ-ਘਰ ਦੇ ਵਿੱਚ ਪਾਣੀ ਪਹੁੰਚਿਆ ਸਾਡੇ ਜਿਹੜਾ ਵਾਟਰ ਬਕਸ ਦੀ ਇਹ ਕਮੇਟੀ ਔਰਤਾਂ ਦੀ ਬਣੀ ਹੋਈ ਆ 13 ਮੈਂਬਰੀ ਕਮੇਟੀ ਆ ਉਹਦਾ ਸਾਰਾ ਵਟਵਸ ਦਾ ਜਿੰਨਾ ਕੰਮ ਹੈ ਉਹ ਸਾਰੀਆਂ ਔਰਤਾਂ ਹੀ ਦੇਖਨੀਆਂ ਨੇ ਸਾਡਾ ਮਾਲਵਾ ਜਿਹੜਾ ਏਰੀਆ ਸੀਗਾ ਉਹ ਕੈਂਸਰ ਤੇ ਕਾਲ ਤੇ ਇਹ ਹੁਣ ਵਾਟਰ ਬਾਕਸ ਦਾ ਪਾਣੀ ਵਰਤਨ ਕਰਕੇ ਸੇਧ ਦੇ ਵਿੱਚ ਵੀ ਕਾਫੀ ਲੋਕਾਂ ਦੇ ਸੁਧਾਰ ਆਇਆ ਸੁਖਵਿੰਦਰ ਕੌਰ ਮੁਤਾਬਕ ਇਨਸਾਨਾਂ ਦੇ ਨਾਲ-ਨਾਲ ਪਸ਼ੂਆਂ ਦੀ ਸਿਹਤ ਵੀ ਚੰਗੀ ਹੋਣ ਲੱਗੀ ਹੈ ਤੇ ਇਹਨਾਂ ਨੂੰ ਸਾਫ਼ ਪਾਣੀ ਮਿਲ ਰਿਹਾ ਹੈ ਪਾਣੀ ਖਰਾਬ ਸੀਗਾ ਉਹਦੇ ਨਾਲ ਪਸ਼ੂ ਵੀ ਸੁੱਕਦੇ ਸੀਗੇ ਤੇ ਹੁਣ ਪਸ਼ੂ ਵੀ ਬਹੁਤ ਵਧੀਆ ਜਿਹੜਾ ਕਿ ਜਲ ਜੀਵਨ ਮਿਸ਼ਨ ਜਿਹੜਾ ਕਿ ਸਾਡੇ ਪਾਣੀ ਦੇ ਦੇ ਵਿੱਚ ਬਹੁਤ ਮਹੱਦਤਾ ਕੀਤੀ ਹੈਗੀ ਤੇ ਸਾਨੂੰ ਬਹੁਤ ਫਾਇਦਾ ਹੋਇਆਗਾ ਤੇ ਸਾਨੂੰ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜ਼ਿਲ੍ਹੇ ਦੇ કુલ 268 ਪਿੰਡਾਂ ਵਿੱਚੋਂ 261 ਵਿੱਚ ਵਾਟਰ ਵਰਕਸ ਦੀਆਂ ਟੈਂਕੀਆਂ ਬਣਾ ਕੇ ਹਰ ਪਿੰਡ ਵਿੱਚ ਪਾਣੀ ਪਹੁੰਚਾਇਆ ਗਿਆ ਹੈ ਮਿਸ਼ਨ ਤਹਿਤ ਕਾਰਾਂ ਵਿੱਚ 1,54,000 ਤੋਂ ਵੱਧ ਟੂਟੀਆਂ ਦੇ ਕਨੈਕਸ਼ਨ ਦਿੱਤੇ ਗਏ ਨੇ ਬਿਊਰੋ ਰਿਪੋਰਟ ਦੂਰਦਰਸ਼ਨ ਸਮਾਚਾਰ ਬਠਿੰਡਾ ਭਾਰਤ ਨੇ ਵਿਸ਼ਵ ਕਿੱਕ ਬੌਕਸਿੰਗ ਚੈਂਪੀਅਨਸ਼ਿਪ ਇਸ ਸੋਨ ਤਮਗਾ ਜਿੱਤਿਆ ਹੈ ਮਿਸਰ ਦੀ ਕੈਰੋਵਿਚ ਵੇਸ ਚੈਂਪੀਅਨਸ਼ਿਪ ਵਿੱਚ ਈਸਲੈਂਡ ਵਾਲੀ ਟੀਮ ਵਿੱਚ ਖੜੜ ਤੋਂ ਦੋ ਖਿਡਾਰਨਾ ਸੰਜੋਤ ਕੌਰ ਅਤੇ ਸਾਧਵੀ ਸ਼ਰਮਾ ਵੀ ਸ਼ਾਮਲ ਸਨ ਇਹਨਾਂ ਖਿਡਾਰਨਾ ਦਾ ਅੱਜ ਮੁਹਾਲੀ ਪੁੱਜਨ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਇਹਨਾਂ ਦੇ ਕੋਚ ਭਵਨ ਸਿੰਘ ਵੀ ਇਹਨਾਂ ਨਾਲ ਹਾਜ਼ਰ ਸਨ ਟੋਲਟ ਮੱਕੀ ਦੀ ਥਾਪ ਵਿਚਾਲੇ ਇਹਨਾਂ ਨੂੰ ਇੱਕ ਖੁੱਲੀ ਜੀਵ ਵਿੱਚ ਖੜੜ ਦੀਆਂ ਸੜਕਾਂ ਦਾ ਚੱਕਰ ਲਗਵਾਇਆ ਗਿਆ ਬਾਅਦ ਵਿੱਚ ਇੱਕ ਸਮਾਗਮ ਦੌਰਾਨ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਇਹਨਾਂ ਦੋਹਾਂ ਖਿਡਾਰਦਾਂ ਨੂੰ ਜੀ ਆਇਆਂ ਆਖਿਆ ਤਮਗਾ ਜ ਸੰਜੋਤ ਕੌਮਨੀ ਬੇਟੀ ਬਚਾਓ ਅਤੇ ਬੇਟੀ ਪੜਾਉ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਅਸੀਂ 5 ਤੋਂ 6 ਫਾਈਸਾ ਖੇਲੀ ਹੈ ਕਿ ਕੁੜੀਆਂ ਲਈ ਆਹੀ ਸੰਦੇਸ਼ ਹੈ ਵੀ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਅਸੀਂ ਮੁੰਡਿਆਂ ਤੋਂ ਘੱਟ ਨਹੀਂ ਕੁੜੀਆਂ ਦੇ ਅੱਗੇ ਜਾਣ ਨਾਲ ਹੀ ਦੇਸ਼ ਦਾ ਵਿਕਾਸ ਹੁੰਦਾ ਹੈ ਸਾਡੇ ਪ੍ਰਧਾਨ ਮੰਤਰੀ ਦਾ ਪ੍ਰਯਾਸ ਬਹੁਤ ਵਧੀਆ ਹੈ ਬੇਟੀ ਬਚਾਓ ਬੇਟੀ ਪੜਾਓ